ਸ੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੀ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ 브੍ਰੈਂਟਨ ਦੇ ਵਿੱਚ ਚੱਲੀਆਂ ਗੋਲੀਆਂ ਵਾਪਰਿਆ ਕਹਿਰ ਖਬਰ ਨੂੰ ਫਿਰ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੱਲਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ 브੍ਰੈਂਟਨ ਵਿਖੇ ਵੀਰਵਾਰ ਦੇਰ ਸ਼ਾਮ ਗੋਲੀ ਬਾਰੀ ਦੌਰਾਨ ਇੱਕ ਜਨੇ ਦੀ ਮੌਤ ਹੋਣ ਗਈ ਹੈ ਪ੍ਰੀਲ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਵਿਵਨਜ਼ਾ ਕ੍ਰੈਸਟ ਅਤੇ ਸਕੋਰਸ ਰੋਡ ਦੇ ਇਲਾਕੇ ਦੇ ਵਿੱਚ ਗੋਲੀਆਂ ਚੱਲਣ ਦੀ ਇਤਲਾਮ ਮਿਲਣ ਤੇ ਪੁਜੀਏ ਅਫਸਰਾਂ ਨੂੰ ਇੱਕ ਸ਼ਰਸ਼ ਗੰਬੀਰ ਜ਼ਖਮੀ ਹਾਲਾ ਦੇ ਵਿੱਚ ਮਿਲਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਜ਼ਖਮੀ ਦੀ ਤਾਂ ਬਣਾ ਚੱਲਦਾ ਹੋ ਉਸਨੇ ਦਮ ਤੋੜ ਦਿੱਤਾ ਫਿਲਹਾਲ ਮਰਨ ਵਾਲੇ ਦੀ ਪਛਾਣ ਜਦ ਤੱਕ ਨਹੀਂ ਕੀਤੀ ਗਈ ਅਤੇ ਸ਼ੱਕੀਆਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਪੁਲਿਸ ਨੇ ਕਿਹਾ ਹੈ ਕਿ ਸੰਭਾਵਤ ਤੌਰ ਤੇ ਇਲਾਕੇ ਦੇ ਵਿੱਚ ਤੇਜ਼ ਰਫ਼ਤਾਰ ਗੱਡੀ ਜਾਂਦੀ ਦੇਖੀ ਗਈ ਪਰ ਫਲਹਾਲ ਤਸਦੀਕ ਕਰਨੀ ਸੰਭਵ ਨਹੀਂ ਗੋਲੀਬਾਰੀ ਲਈ ਜ਼ਿੰਮੇਵਾਰ ਕਾਰਨਾਵਾਰੇ ਵੀ تحقیقات ਕੀਤੀ ਜਾ ਰਹੀ ਹੈ ਪੁਲਿਸ ਦਾ ਮੰਨਣਾ ਹੈ ਕਿ ਵਾਰਦਾਤ ਆਮ ਲੋਕਾਂ ਦੀ ਸੁਰੱਖਿਆ ਪ੍ਰਤੀ ਕੋਈ ਖਤਰਾ ਪੈਦਾ ਨਹੀਂ ਕਰਦੀ ਗੋਲੀਬਾਰੀ ਵਾਲੇ ਇਲਾਕੇ 'ਚ ਵੀ ਗੱਡੀਆਂ ਦੀ ਟੱਕਰ ਹੋਣ ਦੀ ਖਬਰ ਮਿਲੀ ਸੀ ਪਰ ਪੁਲਿਸ ਵੱਲੋਂ ਇਸ ਬਾਰੇ ਸਾਫ਼ ਤੌਰ ਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਪੀਲ ਰੀਜਨਲ ਪੁਲਿਸ ਦੀ ਹੋਮੋਸਾਈਡ ਬਿਊਰੋ ਨੇ ਪੜਤਾਲ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ